ਲਹਿ ਸੁਆਮੀ, ਕੁਦਰਤ ਕਵਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਚਵਰ ਛਤਰ ਤਖਤ ਦੇ ਮਾਲਕ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਹਜ਼ੂਰੀ ਦੇ ਵਿੱਚ, ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਦੇ ਪਾਵਨ ਅਸਥਾਨ, ਜਿੱਥੇ ਉਹਨਾਂ ਨੇ ਮਹਾਨ ਇਤਿਹਾਸ ਆਪਣੇ ਮੁਖਾਰਬਿੰਦ 'ਚੋਂ ਪ੍ਰਗਟ ਕੀਤਾ, ਕਲਮਬੰਦ ਕੀਤਾ ਸੁੰਦਰ ਛੰਦਾਬੰਦੀ ਦੇ ਅੰਦਰ। ਉਸ ਮੁਬਾਰਕ ਸਥਾਨ 'ਤੇ ਆਪਾਂ ਸਾਰੇ ਜੁੜ ਮਿੜ ਕੇ ਬੈਠੇ ਹਾਂ, ਔਰ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਬੇਅੰਤ ਵਿਦਵਾਨਾਂ ਮਹਾਂਪੁਰਖਾਂ ਪਾਸੋਂ ਆਪ ਜੀ ਨੇ ਜਸ ਸਰਵਣ ਕੀਤਾ ਹੈ। ਸਤਿਕਾਰਯੋਗ ਗਿਆਨੀ ਸ਼ੇਰ ਸਿੰਘ ਸਾਹਿਬ ਜੀ, ਉਹਨਾਂ ਵੱਲੋਂ ਹੁਕਮ ਹੋਇਆ ਬਿਲਕੁਲ ਸੂਖਮ ਜੀ ਹਾਜ਼ਰੀ ਭਰਾਂਗੇ, ਕਿਉਂਕਿ ਅੱਗੇ ਅਜੇ ਸਮਾਗਮ ਜਿਹੜਾ ਉਹ ਸਹਿਜ ਭੋਗ ਵੀ ਪਾਏ ਜਾਣੇ ਨੇ ਸਹਿਜ ਪਾਠਾਂ ਦੇ, ਅਤੇ ਵਿਦਵਾਨ ਮਹਾਂਪੁਰਖ ਵੀ ਬਹੁਤ ਨੇ। ਆਪ ਜੀ ਇੱਕ ਵਾਰੀ ਸੁਰਤੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਹਾਜ਼ਰੀ ਲਵਾਓ, ਰਸਨਾਂ ਨੂੰ ਪਵਿੱਤਰ ਕਰੀਏ। ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਵਚਨ ਆਉਂਦਾ, ਹਰ ਜਸ ਲਿਖੈ ਲਾਏ ਭਾਵਨੀ ਸੇ ਹਸਤ ਪਵਿੱਤਰ। ਜਿਹੜੇ ਹੱਥ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਗੁਰੂ ਕੀ ਬਾਣੀ ਨੂੰ ਲਿਖਦੇ ਨੇ, ਗੁਰੂ ਕਾ ਜਸ ਲਿਖਦੇ ਨੇ, ਗੁਰੂ ਕੀ ਵਡਿਆਈ ਦੇ ਬਚਨ ਲਿਖਦੇ ਨੇ, ਉਹਨਾਂ ਹੱਥਾਂ ਵਰਗਾ ਪਵਿੱਤਰ ਕੋਈ ਨਹੀਂ। ਸਭ ਤੋਂ ਪਵਿੱਤਰ ਹੱਥ ਉਹ ਨੇ। ਔਰ ਸਾਧ ਸੰਗਤ ਜੀ, ਜਿਵੇਂ ਭਾਈ ਗੁਰਦਾਸ ਸਿੰਘ, ਭਾਈ ਗੁਰਦਾਸ ਸਾਹਿਬ ਜੀ, ਭਾਈ ਮਨੀ ਸਿੰਘ ਸਾਹਿਬ ਜੀ, ਬਾਬਾ ਦੀਪ ਸਿੰਘ ਸਾਹਿਬ ਜੀ, ਇਹਨਾਂ ਹੱਥਾਂ ਦੇ ਉੱਤੇ ਸਾਡਾ ਵਾਰ ਵਾਰ ਸਿਰ ਝੁਕਦਾ ਹੈ, ਇਹਨਾਂ ਸਰੀਰਾਂ ਨੂੰ, ਇਹਨਾਂ ਹਸਤ ਕਮਲਾਂ ਨੂੰ, ਜਿਨ੍ਹਾਂ ਦੇ ਨਾਲ ਗੁਰੂ ਕੀ ਬਾਣੀ ਲਿਖੀ ਗਈ। ਔਰ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਦੀ ਜਿਹੜੀ ਰਚਨਾ ਹੈ, ਜਿਵੇਂ ਢਾਡੀ ਸਿੰਘ ਸਾਹਿਬਾਨ ਜੀ ਨੇ ਕਸਰ ਨਹੀਂ ਕੋਈ ਛੱਡੀ, ਸਾਰੇ ਬਚਨ ਉਹਨਾਂ ਨੇ ਕਰ ਦਿੱਤੇ ਨੇ, ਜੋ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਗੁਰੂ ਪਤੀ ਪ੍ਰੇਮ ਦੇ ਬਚਨ ਲਿਖੇ ਨੇ, ਵੀਰਤਾ ਦੇ ਬਚਨ ਲਿਖੇ ਨੇ, ਉਹ ਸਾਰੇ ਹੀ ਉਹਨਾਂ ਨੇ ਸਾਂਝ ਪਾਈ ਹੈ। ਅਤੇ ਮੈਂ ਇੰਨੀ ਬੇਨਤੀ ਕਰਾਂਗਾ ਕਿ ਜੋ ਗੁਰ ਇਤਿਹਾਸ ਹੈ ਉਹ ਸਾਡੇ ਅੰਦਰ ਪ੍ਰੇਮ ਪੈਦਾ ਕਰਦਾ, ਸਾਡੇ ਅੰਦਰ ਦੀ ਜਿਹੜੀ ਚੰਚਲਤਾ ਹੈ ਉਹਦਾ ਨਾਸ਼ ਕਰਦਾ, ਅਤੇ ਸਾਡਾ ਜਿਹੜਾ ਗੁਰ ਇਤਿਹਾਸ ਹੈ ਉਹ ਸਾਡੇ ਅੰਦਰ ਪ੍ਰਕਾਸ਼ ਪੈਦਾ ਕਰਦਾ। ਗੁਰਬਾਣੀ ਦੇ ਬਚਨ ਨੇ ਗੁਰਸਾਖੀ ਅੰਤਰ ਜਾਗੀ,
ਤਾਂ ਚੰਚਲ ਮਤ ਤਿਆਗੀ, ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲਾਂ ਦਾ। ਤੋ ਇਹ ਜਿੱਥੇ ਗੁਰੂ ਦੀ ਸਿੱਖਿਆ ਦੀ ਗੱਲ ਹੈ, ਉੱਥੇ ਗੁਰੂ ਕੇ ਇਤਿਹਾਸ ਦੀ ਵੀ ਗੱਲ ਹੈ। ਸੁਣ ਸਾਖੀ ਮਨ ਜਪ ਪਿਆਰ, ਇੱਥੇ ਜਦੋਂ ਆਪਾਂ ਇਸ ਪੰਕਤੀ ਨੂੰ ਪੜ੍ਹਦੇ ਹਾਂ ਅਤੇ ਅੱਗੇ ਮਹਾਰਾਜ ਜੀਆਂ ਨੇ ਸੂਖਮ ਰੂਪ ਦੇ ਵਿੱਚ ਜ਼ਿਕਰ ਕੀਤਾ ਅਜਾ ਮਲ ਦਾ ਔਰ ਇਸੇ ਤਰ੍ਹਾਂ ਦੇ ਨਾਲ ਕੁਬਜਾ ਦਾ, ਧਰੂ ਭਗਤ ਜੀ ਦਾ, ਤੋ ਇਸ ਕਰਕੇ ਸਾਖੀ ਤੋਂ ਭਾਵ ਗੁਰੂ ਕੀ ਜਿਹੜਾ ਇਤਿਹਾਸ ਹੈ ਉਹਦੇ ਤੋਂ ਵੀ ਹੈ। ਉਹਦੇ ਨਾਲ ਸਾਡੇ ਅੰਦਰ ਸ਼ਰਧਾ ਭਾਵਨਾ ਪੈਦਾ ਹੁੰਦੀ ਹੈ ਅਤੇ ਚੰਚਲਤਾਈ ਵਾਲੀ ਮਤ ਉਹਦਾ ਨਾਸ਼ ਹੁੰਦਾ ਹੈ, ਅਗਿਆਨਤਾ ਦਾ ਹਨੇਰਾ ਜਿਹੜਾ ਉਹਦਾ ਨਾਸ਼ ਹੋ ਕੇ ਗਿਆਨ ਦਾ ਪ੍ਰਕਾਸ਼ ਹੁੰਦਾ। ਤੋ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ, ਜਿਵੇਂ ਆਪ ਜੀ ਨੇ ਸਰਵਣ ਕੀਤਾ ਕਿ ਪੰਥ ਰਤਨ ਸੰਤ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ, ਉਹਨਾਂ ਨੇ ਵੀ ਬੜਾ ਯਤਨ ਕੀਤਾ, ਪਰ ਜਿਵੇਂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀਆਂ ਨੇ ਜੋ ਸੇਵਾ ਜਿਸ ਗੁਰਮੁਖ ਪਿਆਰੇ ਜਿਸ ਸਰੀਰ ਤੋਂ ਲੈਣੀ ਹੋਵੇ ਉਹਨਾਂ 'ਤੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ। ਕਲਗੀਧਰ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਚੋਣ ਕੀਤੀ ਹੈ ਸੰਤ ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲਿਆਂ ਦੀ, ਔਰ ਜਿਹੜੀ ਇਹ ਸੇਵਾ ਉਹਨਾਂ ਦੀ ਝੋਲੀ ਦੇ ਵਿੱਚ ਪਾਈ ਹੈ, ਸਤਿਗੁਰੂ ਮਹਾਰਾਜ ਜੀਆਂ ਨੇ ਕਿਰਪਾ ਕੀਤੀ, ਰਹਿਮਤ ਵਰਸਾਈ ਹੈ। ਅਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਉਹਨਾਂ ਦੇ ਕੋਲੋਂ ਯੋਗ ਸੇਵਾ ਲੈਣ, ਅਤੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਆਪਾਂ ਮਹਾਂਪੁਰਖਾਂ ਦਾ ਸਾਥ ਦੇਈਏ। ਜਿਵੇਂ ਮਹਾਂਪੁਰਖ ਵਚਨ ਕਰ ਰਹੇ ਸੀ ਬੈਠੇ ਹੋਏ ਕਿ ਜਿਵੇਂ ਲੋਕ ਕਈ ਕਟਾਕਸ਼ ਕਰਦੇ ਨੇ ਸਾਡੇ ਇਤਿਹਾਸ ਦੇ ਉੱਤੇ, ਅਤੇ ਹੁਣ ਸਾਡੇ ਕੋਲ ਜਵਾਬ ਹੈ ਉਹਨਾਂ ਦਾ। ਜੇ ਕੋਈ ਪੁੱਛੇ ਵੀ ਗੁਰਪ੍ਰਤਾਪ ਸੂਰਜ ਗ੍ਰੰਥ ਕਿੱਥੇ ਲਿਖਿਆ ਗਿਆ, ਅਤੇ ਆਪਾਂ ਉਹਨਾਂ ਨੂੰ ਉਂਗਲ ਤੋਂ ਫੜ ਕੇ ਇੱਥੇ ਲਿਆ ਸਕਦੇ ਹਾਂ ਵੀ ਆਹ ਵੇਖੋ ਇੱਥੇ ਲਿਖਿਆ ਗਿਆ। ਤੋ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀਆਂ ਨੇ ਇਹਨਾਂ ਨੂੰ ਇਹ ਸੇਵਾ ਬਖਸ਼ਿਸ਼ ਕੀਤੀ ਹੈ। ਅਤੇ ਗੁਰੂ ਕੀਆਂ ਫੌਜੀਆਂ ਫੌਜਾਂ ਨਿਹੰਗ ਸਿੰਘ ਫੌਜਾਂ ਬਹੁਤ ਬੈਠੀਆਂ ਨੇ ਸਤਿਗੁਰਾਂ ਦੀ ਕਿਰਪਾ। ਅਤੇ ਜਦੋਂ ਸਾਧ ਸੰਗਤ ਜੀ ਆਪਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰੀਏ ਅਤੇ ਸਤਿਗੁਰ ਮਹਾਰਾਜ ਜੀ ਕੁਝ ਨਾ ਕੁਝ ਬਖਸ਼ਿਸ਼ ਕਰ ਦਿੰਦੇ ਨੇ। ਜੋ ਗੁਣਾਂ ਦਾ ਖਜ਼ਾਨਾ, ਜੋ ਕਾਵਿ ਰਚਨਾ, ਜੋ ਕੁਝ ਵੀ ਹੈ ਉਹ ਸਤਿਗੁਰਾਂ ਨੇ ਸਾਡੇ ਅੰਦਰ ਰੱਖਿਆ, ਪਰ ਗੁਰੂ ਦੀ ਕਿਰਪਾ ਦੇ ਨਾਲ ਜਿਸ ਜਿਸ ਦੀ ਜਿੱਧਰ ਨੂੰ ਭਾਵਨਾ ਹੁੰਦੀ ਹੈ ਉਹ ਗੁਣ ਫਿਰ ਅੰਦਰ ਪ੍ਰਗਟ ਹੋਣ ਲੱਗ ਜਾਂਦੇ ਨੇ। ਜਿਵੇਂ ਇੱਕ ਵਾਰੀ ਸਾਧ ਸੰਗਤ ਜੀ ਮੇਰਾ ਥੋੜ੍ਹਾ ਜਿਹਾ ਧਿਆਨ ਹੋਇਆ ਅਤੇ ਜੋ ਨਿਹੰਗ ਸਿੰਘ ਫੌਜਾਂ ਨੇ ਉਹਨਾਂ ਵੱਲ ਧਿਆਨ ਗਿਆ ਅਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀਆਂ ਨੇ ਚਾਰ ਪੰਕਤੀਆਂ ਨਿਹੰਗ ਸਿੰਘ ਫੌਜਾਂ ਦੀ ਸੋਭਾ ਦੇ ਵਿੱਚ ਵਡਿਆਈ ਦੇ ਵਿੱਚ ਬਖਸ਼ਿਸ਼ ਕੀਤੀਆਂ। ਮੈਰੋ ਮਹਾਂਪੁਰਖ ਸੰਤ ਬਾਬਾ ਸੁਰਜੀਤ ਸਿੰਘ ਜੀਆਂ ਦੇ ਅਸਥਾਨ 'ਤੇ ਵੀ ਮੈਂ ਉਹ ਬਚਨ ਸਾਂਝੇ ਕੀਤੇ ਸੀ। ਸਤਿਗੁਰ ਮਹਾਰਾਜ ਜੀਆਂ ਨੇ ਕਿਰਪਾ ਕੀਤੀ, ਅੱਖਰ ਬਖਸ਼ੇ, ਆਤਮ ਗਿਆਨੀ ਅਤੇ ਹੰਗਤਾ ਤੋਂ ਰਹਿਤ ਸੋਈ, ਮਾਇਆ ਤੋਂ ਅਸੰਗ ਸੁਣੇ ਚਾਹ ਚੜੇ ਜੰਗ ਦਾ, ਸੂਰਮਾ ਹੈ ਐਸਾ ਬਿਨਾਂ ਸੀਸ ਦੇ ਜੋ ਲੜੀ ਜਾਵੇ, ਭੋਰਾ ਨਹੀਂ ਦਰਦ ਜਿਹਨੂੰ ਕੱਟੇ ਹੋਏ ਅੰਗ ਦਾ, ਸੁਣ ਕੇ ਬੇਅਦਬੀ ਨੂੰ ਚੱਲ ਬੁੱਢਾ ਜੜੋਂ ਆਵੇ, ਸਿਰ ਮੱਸੇ ਰੰਗੜ ਦਾ ਏ ਨੇਜਿਆਂ ਤੇ ਟੰਗ ਦਾ, ਕਹੇ ਸਤਨਾਮ ਸਿੰਘ ਸਦਾ ਝੁਕਦਾ ਹੈ ਸੀਸ ਮੇਰਾ, ਸਾਨੀ ਨਾ ਕੋਈ ਜਗਤ ਮੈਂ ਦਸ਼ਮੇਸ਼ ਦੇ ਨਿਹੰਗ ਦਾ। ਤੋ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਜਿੱਥੇ ਨਿਹੰਗ ਸਿੰਘ ਫੌਜਾਂ ਬਹਾਦਰ ਨੇ ਉੱਥੇ ਹੰਗਤਾ ਤੋਂ ਵੀ ਰਹਿਤ ਨੇ।
ਮਾਇਆ ਤੋਂ ਵੀ ਨਿਰਲੇਪ ਨੇ। ਜਿੱਥੇ ਗੁਰੂ ਸਾਹਿਬ ਦਾ ਹੁਕਮ ਹੁੰਦਾ ਉੱਥੇ ਜਕਾਰਾ ਛੱਡ ਕੇ ਪੜਾ ਲਾ ਲੈਂਦੀਆਂ ਨੇ, ਤੋ ਐਸਾ ਮਾਇਆ ਤੋਂ ਅਸੰਗ ਹੈ। ਤੇ ਜਦੋਂ ਪਤਾ ਲੱਗਦਾ ਜੰਗ ਦਾ ਤੇ ਚਾਹ ਚੜ ਜਾਂਦਾ, ਐਸੀਆਂ ਗੁਰੂ ਕੀਆਂ ਫੌਜਾਂ ਨੇ। ਤੇ ਬਾਬਾ ਦੀਪ ਸਿੰਘ ਸਾਹਿਬ ਜੀ, ਫਿਰ ਨਿਹੰਗ ਸਿੰਘ ਸੂਰਮੇ ਦੀ ਗੱਲ ਕਰੀਏ, ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਚਿੱਤਰ ਅੱਗੇ ਉਹਨਾਂ ਦੀ ਤਸਵੀਰ ਸਾਹਮਣੇ ਆਉਂਦੀ, ਸੂਰਮਾ ਹੈ ਐਸਾ ਬਿਨਾਂ ਸੀਸ ਦੇ ਜੋ ਲੜੀ ਜਾਵੇ। ਭੋਰਾ ਨੀ ਦਰਦ ਜਿਹਨੂੰ ਕੱਟੇ ਹੋਏ ਅੰਗ ਦਾ ਦਰਦ ਹੈ ਹੀ ਨਹੀਂ, ਕਿਉਂਕਿ ਗੁਰੂ ਸਾਹਿਬ ਜੀ ਦੀ ਮਿਹਰ ਵਰਤ ਜਾਂਦੀ ਹੈ। ਤੇ ਇਸੇ ਤਰ੍ਹਾਂ ਭਾਈ ਸੁਖਾ ਸਿੰਘ ਮਹਿਤਾਬ ਸਿੰਘ ਜੀ ਸੁਣ ਕੇ ਬੇਅਦਬੀ ਨੂੰ, ਚੱਲ ਬੁੱਢਾ ਜਾੜੂ ਆਵੇ, ਉੱਥੋਂ ਚੱਲ ਕੇ ਆ ਜਾਂਦੇ ਨੇ। ਤੇ ਫਿਰ ਜ਼ਾਲਮ ਮੱਸੇ ਰੰਗਣ ਵਰਿਆਂਗਾ ਦਾ ਸਿਰ ਜਿਹੜਾ ਨੇਜਿਆਂ ਤੇ ਟੰਗਦੇ ਨੇ। ਤੇ ਇਸ ਕਰਕੇ ਸਾਡੇ ਵਰਗੇ ਨਿਗੁਣਿਆਂ ਦਾ ਤੇ ਹਰ ਵੇਲੇ ਐਸੇ ਸਤਿਪੁਰਖ ਜਿਹੜੇ ਨੇ, ਐਸੇ ਸੂਰਬੀਰ ਯੋਧੇ ਨੇ, ਉਹਨਾਂ ਦੇ ਚਰਨਾਂ ਦੇ ਸੀਸ ਝੁਕਦਾ। ਤੋ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਸੰਤ ਗਿਆਨੀ ਸ਼ੇਰ ਸਿੰਘ ਜੀ ਮਹਾਂਪੁਰਖਾਂ ਦੇ ਕੋਲੋਂ ਇਹ ਯੋਗ ਸੇਵਾ ਲੈਣ, ਤੇ ਜਿਸ ਤਰ੍ਹਾਂ ਦਾ ਉਹਨਾਂ ਨੇ ਮਨ ਦੇ ਵਿੱਚ ਸੰਕਲਪ ਕੀਤਾ ਆਪਾਂ ਨਹੀਂ ਜਾਣ ਸਕਦੇ। ਉਹਨਾਂ ਨੂੰ ਪਤਾ, ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਨੂੰ ਪਤਾ, ਆਪਾਂ ਤੇ ਅਰਦਾਸ ਹੀ ਕਰ ਸਕਦੇ ਹਾਂ। ਸੋ ਅਰਦਾਸ ਕਰਾਂਗੇ ਇਸ ਹਵੇਲੀ ਦੇ ਬਾਬਤ ਜੋ ਮਹਾਂਪੁਰਖਾਂ ਨੇ ਆਪਣੇ ਅੰਦਰ ਸੰਕਲਪ ਕੀਤਾ ਵੀ ਇਸ ਤਰ੍ਹਾਂ ਦਾ ਅਸਥਾਨ ਬਣਨਾ ਚਾਹੀਦਾ, ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ। ਇਸੇ ਤਰ੍ਹਾਂ ਦੇ ਨਾਲ ਹੀ ਉਹ ਅਸਥਾਨ ਜਿਹੜਾ ਉਹਨਾਂ ਦੇ ਸੰਕਲਪ, ਉਹਨਾਂ ਦੀ ਇੱਛਾ, ਉਹਨਾਂ ਦੀ ਭਾਵਨਾ ਦੇ ਅਨੁਸਾਰ ਹੀ ਤਿਆਰ ਹੋ ਕੇ ਸੰਗਤਾਂ ਦੇ ਸਾਹਮਣੇ ਆਵੇ, ਸੰਗਤਾਂ ਲਾਹੇ ਲੈਣ। ਇੰਨੀਆਂ ਕੁ ਬੇਨਤੀਆਂ ਕਰਦਾ ਖਿਮਨ ਦਾ, ਜਾਚ ਭੁੱਲਾਂ ਚੁੱਕਾਂ ਦੀ ਮਾਫ਼ੀ ਅਸੀਸ ਬਖਸ਼ੋ, ਮਾਫ਼ੀ ਬਖਸ਼ੋ, ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।